ਮੌਸਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਬਾਰਿਸ਼ ਕਾਰਨ ਮੌਸਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਪਰ ਉੱਥੇ ਹੀ ਮੁੜ ਤੋਂ ਜਿਹੜਾ ਕਿ ਤਾਪਮਾਨ ਦੁਬਾਰਾ ਤੋਂ ਵਧਣ ਲੱਗ ਗਿਆ ਔਰ ਨਾਲ ਹੀ ਨਾਲ ਹਿਊਮਸ ਵਾਲੀ ਗਰਮੀ ਪੈਣ ਲੱਗੀ। ਔਰ ਇਸ ਦੇ ਨਾਲ ਤੁਹਾਨੂੰ ਇਹ ਦੱਸ ਦਈਏ ਕਿ ਅਗਲੇ 5 ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ। ਔਰ ਨਾਲ ਹੀ ਨਾਲ ਜੇ ਮੌਨਸੂਨ ਦੀ ਗੱਲ ਕੀਤੀ ਜਾਵੇ ਤਾਂ 28 ਤੋਂ 29 ਨਵੰਬਰ ਦੇ ਵਿੱਚ ਜਿਹੜਾ ਕਿ ਮੌਨਸੂਨ ਆ ਪੰਜਾਬ ਦੇ ਵਿੱਚ ਦਸਤਕ ਦੇ ਸਕਦਾ ਹੈ। ਜੁਲਾਈ ਦੇ ਵਿੱਚ ਜਿਹੜਾ ਕਿ ਬਾਰਿਸ਼ ਜਿਹੜੀ ਕਿ ਸ਼ੁਰੂ ਹੋ ਜਾਵੇਗੀ, ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ। ਕਿਉਂਕਿ ਜਿੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤਾਪਮਾਨ ਜਿਹੜਾ ਕਿ 45 ਡਿਗਰੀ ਤੋਂ ਪਾਰ ਤੱਕ ਪਹੁੰਚਦਾ ਰਿਹਾ, ਇਸ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ ਔਰ ਨਾਲ ਹੀ ਨਾਲ ਪਿਛਲੇ ਕਈ ਸਾਲਾਂ ਦੇ ਰਿਕਾਰਡ ਵੀ ਇਸ ਵਾਰ ਜਿਹੜੇ ਗਰਮੀ ਨੇ ਤੋੜੇ ਨੇ। ਪਰ ਮੌਨਸੂਨ ਦੀ ਗੱਲ ਕੀਤੀ ਜਾਵੇ ਤਾਂ 28 ਤੋਂ 29 ਜੂਨ ਤੱਕ ਜਿਹੜਾ ਕਿ ਮੌਨਸੂਨ ਪੰਜਾਬ ਦੇ ਵਿੱਚ ਦਸਤਕ ਦੇ ਸਕਦਾ। ਔਰ ਅਗਲੇ 5 ਦਿਨ ਦੀ ਗੱਲ ਕੀਤੀ ਜਾਵੇ 23 ਤਰੀਕ ਤੋਂ ਤਾਂ ਪੰਜਾਬ ਦੇ ਵਿੱਚ ਜਿਹੜਾ ਮੌਸਮ ਆ ਖੁਸ਼ਕ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।